ਕੰਟਰੈਕਟਰ ਸਿਲਾਈ ਮਸ਼ੀਨ ਐਂਡ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਦੀ ਪਹਿਲੀ ਮੀਟਿੰਗ ਐਸੋਸੀਏਸ਼ਨ ਦੇ ਗਠਨ ਤੋਂ ਬਾਅਦ ਸਥਾਨਕ ਹੋਟਲ ਵਿਖੇ ਹੋਈ, ਜਿਸ ਵਿੱਚ ਐਚ ਐਸ ਬੈਂਸ, ਆਰ ਕੇ ਪਰਮਾਰ, ਆਈ ਪੀ ਸ਼ਰਮਾ ਅਤੇ ਗੁਰਮੀਤ ਸਿੰਘ ਕੁਲਾਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਔਲਖ, ਚੇਅਰਮੈਨ ਦਲਬੀਰ ਸਿੰਘ ਤਿਮਾਨ, ਜਨਰਲ ਸੈਕਟਰੀ ਗੁਰਮੁਖ ਸਿੰਘ ਰੁਪਾਲ ਨੇ ਜਿੱਥੇ ਧੰਨਵਾਦੀ ਬੋਲਾਂ ਤੋਂ ਬਾਅਦ ਸਿਲਾਈ ਮਸ਼ੀਨ ਇੰਡਸਟਰੀ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ, ਉੱਥੇ ਆਏ ਹੋਏ ਮੈਂਬਰਾਂ ਵੱਲੋਂ ਭਵਿੱਖ ਦੀਆਂ ਉਜਵਲ ਯੋਜਨਾਵਾਂ ਲਈ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਵੀ ਹੋਇਆ। ਇਸ ਮੌਕੇ ਲਾਈਫ ਟਾਈਮ ਮੈਂਬਰ ਏ ਐਸ ਸਚਦੇਵਾ, ਏ ਸੀ ਔਲਖ, ਐਸ ਐਸ ਦੁਆ, ਅਸ਼ੋਕ ਜੈਨ, ਰਾਜਾ ਰਾਮ, ਗੁਰਦੇਵ ਸਿੰਘ ਤੇ ਨਰਪਾਲ ਸਿੰਘ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ। ਮੇਰਾ ਨਾਂ ਦਲਵੀਰ ਸਿੰਘ ਧੀਮਾਨ ਹੈ, ਚੇਅਰਮੈਨ ਯੂਨਾਈਟਿਡ ਸਵਿੰਗ ਮਸ਼ੀਨ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ। ਤੇ ਅਸੀਂ ਸਵਿੰਗ ਮਸ਼ੀਨ ਇੰਡਸਟਰੀ ਨੂੰ ਉੱਪਰ ਚੱਕਣ ਵਾਸਤੇ ਹਰ ਇੱਕ ਉਪਰਾਲਾ ਕਰਾਂਗੇ। ਅੱਜ ਦੇ ਸਮੇਂ ਵਿੱਚ ਸਾਨੂੰ ਇੰਡਸਟਰੀ ਨੂੰ ਉੱਪਰ ਚੱਕਣ ਵਾਸਤੇ ਡਿਪਾਰਟਮੈਂਟ ਇੰਡਸਟਰੀ ਦੀ ਬਹੁਤ ਲੋੜ ਹੈ, ਤੇ ਡੀ ਆਈ ਸੀ ਲੁਧਿਆਣਾ ਨੇ ਸਾਡੀ ਐਸੋਸੀਏਸ਼ਨ ਦੀ ਰਜਿਸਟ੍ਰੇਸ਼ਨ 22 ਤਰੀਕ ਨੂੰ ਕਰ ਦਿੱਤੀ ਹੈ। ਇਸ ਤੋਂ ਬਾਅਦ ਫਿਰ ਅਸੀਂ ਆਪਣਾ ਬੈਂਕ ਅਕਾਊਂਟ ਖੁਲਾਉਣ ਵਾਸਤੇ ਵੀ ਕਾਫੀ ਉਪਰਾਲਾ ਕੀਤਾ ਹੈ। ਉਹਦੇ ਵਾਸਤੇ ਅਸੀਂ ਪਹਿਲਾਂ ਸਭ ਤੋਂ ਆਪਣਾ ਇਨਕਮ ਟੈਕਸ ਪੈਨ ਨੰਬਰ ਅਪਲਾਈ ਕੀਤਾ ਹੈ, ਔਰ ਇੱਕ ਦੋ ਦਿਨ 'ਚ ਸਾਨੂੰ ਉਹਦਾ ਨੰਬਰ ਮਿਲ ਜਾਏਗਾ। ਉਸ ਤੋਂ ਬਾਅਦ ਅਸੀਂ ਬੈਂਕ ਓਪਰੇਟ ਕਰ ਲਾਂਗੇ। ਸਵਿੰਗ ਮਸ਼ੀਨ ਇੰਡਸਟਰੀ ਦੇ ਸਾਡੇ ਇਸ ਵੇਲੇ ਤਕਰੀਬਨ 80 ਮੈਂਬਰ ਹੋ ਚੁੱਕੇ ਹਨ, ਅਤੇ ਬਾਕੀ ਦੇ ਮੈਂਬਰ ਅਸੀਂ ਛੇਤੀ ਤੋਂ ਛੇਤੀ ਆਪਣੀ ਐਸੋਸੀਏਸ਼ਨ ਦੇ ਵਿੱਚ ਐਡ ਕਰਦੇ ਹਾਂ। ਸਾਡੀ ਐਸੋਸੀਏਸ਼ਨ ਦਾ ਜਿਹੜਾ ਘੱਟੋ ਘੱਟ ਚੰਦਾ ਅਸੀਂ ਰੱਖਿਆ ਹੈ, ਆਮ ਮੈਂਬਰ ਦਾ 1200 ਰੁਪਈਆ, ਅਤੇ ਜਿਹੜੇ ਸਾਡੇ ਈ ਸੀ ਮੈਂਬਰ ਆ ਉਹਨਾਂ ਦਾ ਅਸੀਂ 5100 ਰੁਪਈਆ ਰੱਖਿਆ ਹੈ ਸਾਲ ਦਾ। ਇਸ ਕਰਕੇ ਸਾਡੀ ਐਸੋਸੀਏਸ਼ਨ ਦੇ ਵਿੱਚ ਜਿੰਨੇ ਵੀ ਗਰੀਬ ਤੋਂ ਗਰੀਬ ਸਾਡੇ ਇੰਡਸਟਰੀਲਿਸਟ ਹਨ, ਸਾਰਿਆਂ ਨੂੰ ਅਸੀਂ ਆਪਣੇ ਮੈਂਬਰ ਬਣਾਵਾਂਗੇ, ਔਰ ਉਹਨਾਂ ਨੂੰ ਬਣਾ ਕੇ ਉਹਨਾਂ ਦੀ ਇੰਡਸਟਰੀ ਨੂੰ ਤਰੱਕੀ ਕਰਾਵਾਂਗੇ। ਉਹਨਾਂ ਦਾ ਜਿਹੜਾ ਵੀ ਕੋਈ ਟੈਕਨੀਕਲ ਨੁਕਸ ਉਹਨਾਂ ਨੂੰ ਚਾਹੀਦਾ, ਸਾਡੀ ਹੈਲਪ ਚਾਹੀਦੀ ਹੈ, ਅਸੀਂ ਡਿਪਾਰਟਮੈਂਟ ਇੰਡਸਟਰੀ ਤੋਂ, ਡਿਪਾਰਟਮੈਂਟ ਆਪਣਾ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਤੋਂ, ਸੈਂਟਰ ਟੂਰਿਜ਼ਮ ਤੋਂ, ਉਹਨਾਂ ਦੀ ਪੂਰੀ ਹੈਲਪ ਟੈਕਨੀਕਲ ਕਰਾਵਾਂਗੇ, ਤਾਂ ਕਿ ਸਾਡੀ ਜਿਹੜੀ ਇੰਡਸਟਰੀ ਹੈਗੀ ਹੈ ਉਹਦੇ ਵਿੱਚ ਜਿੰਨੇ ਵੀ ਟੈਕਨੀਕਲ ਉਹਨੂੰ ਹੈਲਪ ਦੀ ਲੋੜ ਹੈ ਉਹ ਅਸੀਂ ਇਹਨਾਂ ਦੋਨਾਂ ਇੰਸਟੀਚਿਊਸ਼ਨਾਂ ਤੋਂ ਕਰਾਵਾਂਗੇ। ਡੀਜ਼ਲ ਦੀਆਂ ਜਿਹੜੀਆਂ ਇਸ ਵੇਲੇ ਕੀਮਤਾਂ ਵੱਧਦੀਆਂ, ਇੰਡਸਟਰੀ ਨੂੰ ਕਾਫੀ ਸਵਿੰਗ ਮਸ਼ੀਨ ਇੰਡਸਟਰੀ ਨੂੰ ਫਰਕ ਪਊਗਾ, ਅਤੇ ਜਿਹੜੀਆਂ ਕਿ ਵਧਣੀਆਂ ਚਾਹੀਦੀਆਂ। ਫਿਰ ਸਟੀਲ ਦੀ ਕੀਮਤ ਵੀ ਬਹੁਤ ਜ਼ਿਆਦਾ ਵੱਧ ਰਹੀ ਹੈ, ਉਹਦੇ ਨਾਲ ਵੀ ਸਾਡੀ ਇੰਡਸਟਰੀ ਸਵਿੰਗ ਮਸ਼ੀਨ ਇੰਡਸਟਰੀ ਬਹੁਤ ਪਿੱਛੇ ਜਾ ਰਹੀ ਹੈ। ਮਾਰਕੀਟ ਜਿਹੜੀ ਹੈ ਨਾ, ਮਾਰਕੀਟ ਆਰਡਰ ਸਾਨੂੰ ਹੁਣ ਬਹੁਤ ਘੱਟ ਮਿਲਦੇ ਹਨ, ਕਿਉਂਕਿ ਰਾ ਮਟੀਰੀਅਲ ਜਿਹੜਾ ਹੈਗਾ, ਚਾਹੇ ਪਿਗ ਆਇਰਨ ਹੈਗੀ ਚਾਹੇ ਆਪਣਾ ਸਟੀਲ ਹੈ, ਦੋਨੋਂ ਰਾ ਮਟੀਰੀਅਲ ਇਸ ਵੇਲੇ ਮਾਰਕੀਟ ਦੇ ਵਿੱਚ ਬਹੁਤ ਮਹਿੰਗੇ ਮਿਲਦੇ ਆ, ਸਾਡੇ ਰੇਟ ਕੋਈ ਵੱਧ ਨਹੀਂ ਰਹੇ। ਇਸ ਕਰਕੇ ਅਸੀਂ ਬਹੁਤ ਇਸ ਗੱਲ ਤੇ ਪਰੇਸ਼ਾਨ ਹੈ ਕਿ ਸਾਡੀ ਸਵਿੰਗ ਮਸ਼ੀਨ ਇੰਡਸਟਰੀ ਵਧੀਆ ਢੰਗ ਨਾਲ ਕਿਸ ਤਰ੍ਹਾਂ ਚੱਲ ਸਕਦੀ, ਤੇ ਅਸੀਂ ਹਰ ਇੱਕ ਪਹਿਲੇ ਨਾਲ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਰਾ ਮਟੀਰੀਅਲ ਦੀ ਜਿਹੜੀ ਪ੍ਰਾਈਸ ਹੈ ਉਹ ਸਟੇਬਿਲਿਟੀ ਰਹੇ, ਤਾਂ ਕਿ ਜੇ ਸਟੈਬਿਲਿਟੀ ਰਾ ਮਟੀਰੀਅਲ ਰਹੇਗੀ ਤਾਂ ਅਸੀਂ ਉਹ ਮਾਲ ਨੂੰ ਆਪਣੇ ਬਣਾ ਕੇ ਐਕਸਪੋਰਟ ਕਰ ਸਕਦੇ। ਜਿਹੜੀ ਬਾਹਰੋਂ ਮਾਲ ਆ ਰਿਹਾ ਚਾਈਨਾ ਤੋਂ, ਸਾਡੇ ਸਵਿੰਗ ਮਸ਼ੀਨ ਦੇ ਕਈ ਪਾਰਟ ਆ ਰਹੇ ਹੈ ਚਾਈਨਾ ਤੋਂ, ਜਿਹੜੇ ਪਾਰਟ ਚਾਈਨਾ ਤੋਂ ਆ ਰਹੇ ਹੈ ਉਹਦਾ ਸਾਡੀ ਇੰਡਸਟਰੀ ਦਾ ਬਹੁਤ ਵੱਡਾ ਬੁਰਾ ਅਸਰ ਪੈ ਰਿਹਾ। ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰ ਰਹੇ, ਉੱਥੇ ਡੰਪ ਡਿਊਟੀ ਲਾਈ ਜਾਵੇ, ਔਰ ਤਾਂ ਕਿ ਜਿਸ ਤਰ੍ਹਾਂ ਮੋਦੀ ਸਾਹਿਬ ਨੇ ਕਿਹਾ ਮੇਕ ਇਨ ਇੰਡੀਆ ਤਾਂ ਹੀ ਮਾਲ ਸਾਡਾ ਵਿਕ ਸਕਦਾ ਹੈ ਬਣਾ ਕੇ, ਜੇਕਰ ਬਾਹਰ ਦੇ ਮਾਲ ਦੀ ਇੰਪੋਰਟ ਤੇ ਆਪਣੀ ਡੰਪ ਡਿਊਟੀ ਵੱਧੋ ਵੱਧ ਲਾਈ। ਪਹਿਲਾਂ ਤਾਂ ਅਸੀਂ ਆਪਣੀ ਜਿਹੜੀ ਸਵਿੰਗ ਮਸ਼ੀਨ ਇੰਡਸਟਰੀ ਆ ਉਹਦੇ ਵਿੱਚ ਜੋ ਅਸੀਂ ਨਵੀਂ ਇੱਕ ਐਸੋਸੀਏਸ਼ਨ ਬਣਾਈ ਹੈ, ਜਿਸ ਦਾ ਨਾਂ ਅਸੀਂ ਰੱਖਿਆ ਯੂਨਾਈਟਿਡ ਸਵਿੰਗ ਮਸ਼ੀਨ ਪਾਰਟਸ ਐਂਡ ਮੈਨੂਫੈਕਚਰ ਐਸੋਸੀਏਸ਼ਨ। ਜਿੰਨੇ ਵੀ ਸਾਡੇ ਮੈਂਬਰ ਇੱਥੇ ਮੌਜੂਦ ਨੇ ਜਾਂ ਜਿੰਨੇ ਵੀ ਸਾਡੇ ਮੈਂਬਰ ਬਣੇ ਨੇ, ਉਹਨਾਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਦਾ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅਤੇ ਬਾਕੀ ਜੋ ਵੀ ਇੰਡਸਟਰੀ ਦਾ ਅੱਜ ਦਾ ਸਟੇਟਸ ਹੈਗਾ ਉਹ ਆਪਾਂ ਸਭ ਉਸ ਤੋਂ ਜਾਣੂ ਆ, ਜੋ ਵੀ ਰੇਟ ਵੱਧ ਰਹੇ ਨੇ ਜਾਂ ਬਿਜਲੀ ਦੇ ਰੇਟ ਵੱਧ ਰਹੇ ਨੇ ਜਾਂ ਆਪਣਾ ਸਟੀਲ ਜਾਂ ਪਿੱਗ ਆਇਰਨ ਦੇ ਜੋ ਵੀ ਰੇਟ ਕਾਫੀ ਇਨਕਰੀਜ਼ ਹੋ ਗਏ, ਅਤੇ ਉਸ ਦੇ ਰਿਗਾਰਡਿੰਗ ਅਸੀਂ ਜਦੋਂ ਲਾਸਟ ਟਾਈਮ ਸ਼੍ਰੀ ਸ਼ਾਮ ਸੁੰਦਰ ਅਰੋੜਾ ਜੀ ਜੋ ਸਾਡੇ ਇੰਡਸਟਰੀ ਮਿਨਿਸਟਰ ਵੀ ਨੇ, ਉਹਨਾਂ ਨਾਲ ਵੀ ਸਾਡੀ ਇੱਕ ਡੈਲੀਗੇਸ਼ਨ ਸਾਡਾ ਉਹਨਾਂ ਨੂੰ ਮਿਲਿਆ ਸੀਗਾ, ਜੋ ਕਿ ਉਹਨਾਂ ਨੇ ਵੀ ਸਾਨੂੰ ਇਹ ਤੇ ਇੰਡਸਟਰੀ ਨੂੰ ਕੋਈ ਰਾਹਤ ਦੇਣ ਦੀ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਵੀ ਜੋ ਵੀ ਰਾਹਤ ਇੰਡਸਟਰੀ ਨੂੰ ਦਿੱਤੀ ਜਾਊਗੀ ਉਹ ਦੇਵਾਂਗੇ। ਬਾਕੀ ਪੈਟਰੋਲ ਤੇ ਡੀਜ਼ਲ ਦੀਆਂ ਜੋ ਪ੍ਰਾਈਸਿਸ ਵੱਧ ਰਹੇ ਨੇ ਇਸ ਦਾ ਇਫੈਕਟ ਆਪਣੀ ਇੰਡਸਟਰੀ ਤੇ ਬਹੁਤ ਜ਼ਿਆਦਾ ਪੈ ਰਿਹਾ ਹੈ। ਉਮੀਦ ਹੈ ਵੀ ਇਹਨੂੰ ਗੌਰਮੈਂਟ ਸਾਡੀ ਕੰਟਰੋਲ ਕਰੂਗੀ, ਅਤੇ ਬਾਕੀ ਅਸੀਂ ਆਏ ਹੋਏ ਸਾਰੇ ਜਿੰਨੇ ਵੀ ਸਾਡੇ ਭਰਾ ਨੇ ਜਾਂ ਮੈਂਬਰ ਨੇ ਐਸੋਸੀਏਸ਼ਨ ਦੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ।
ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਕੈਮਰਾਮੈਨ ਅਮਨਦੀਪ ਦੇ ਨਾਲ ਫੌਕਸ ਡਾਟ ਪੰਜਾਬੀ ਯੂਅਰ ਸਿਟੀ ਯੂਅਰ ਨਿਊਜ਼।